ਵਿਦੇਸ਼ ਮੰਤਰੀ ਡਾਕਟਰ ਐਸਜੇ ਸ਼ੰਕਰ ਨੇ ਕੁਵੈਤ ਦੌਰੇ ਦੌਰਾਨ ਕਰਾਉਨ ਪ੍ਰਿੰਸ ਸ਼ੇਖ ਅਲ ਸਬਾਨਾਲ ਮੁਲਾਕਾਤ ਕੀਤੀ ਇੱਕ ਸੋਸ਼ਲ ਮੀਡੀਆ ਪੋਸਟ 'ਚ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਕੁਵੈਤ ਵਿਚਾਲੇ ਸਦੀਆਂ ਪੁਰਾਣੀ ਸਤਿਪਾਵਨਾ ਅਤੇ ਦੋਸਤੀ ਦਾ ਸੰਬੰਧ ਹੈ ਅਤੇ ਇਹ ਭਾਈਵਾਲੀ ਹੁਣ ਵੀ ਲਗਾਤਾਰ ਵੱਧ ਰਹੀ ਹੈ ਡਾਕਟਰ ਐਸ ਜੇ ਸ਼ੰਕਰ ਨੇ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਕ੍ਰਾਊਨ ਪ੍ਰਿੰਸ ਦੇ ਮਾਰਗਦਰਸ਼ਨ ਲਈ ਧੰਨਵਾਦ ਕੀਤਾ ਦੋਹਾਂ ਆਗੂਆਂ ਵੱਲੋਂ ਸਿਆਸੀ ਵਪਾਰ ਨਿਵੇਸ਼ ਊਰਜਾ ਸੁਰੱਖਿਆ ਸੱਭਿਆਚਾਰ ਅਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਗੱਲਬਾਤ ਹੋਈ ਦੋਹਾਂ ਧਿਰਾਂ ਨੇ ਆਪਸੀ ਹਿੱਤਾਂ ਦੇ ਖੇਤਰੀ ਅਤੇ ਕੁਮਾਂਤਰੀ ਮੁੱਦਿਆਂ ਤੇ ਵੀ ਵਿਚਾਰ ਸਾਂਝੇ ਕੀਤੇ